ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਡੋਰਸਟੈਪ ਐਜੂਕੇਸ਼ਨ ਪੁਆਇੰਟ। ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ। ਸੋ ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮਾਸਟਰ ਕਾਡਰ ਐਂਡ ਲੈਕਚਰਾਰ ਤੋਂ ਸੰਬੰਧਿਤ ਇੱਕ ਨਵੀਂ ਅਪਡੇਟ ਇਹਨਾਂ ਵੱਲੋਂ ਜਾਰੀ ਕੀਤੀ ਗਈ ਹੈ, ਉਸ ਦੇ ਬਾਰੇ ਹੀ ਗੱਲ ਕਰਨ ਜਾ ਰਹੇ ਹਾਂ। ਜੇਕਰ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾਂਦੇ ਹੋ, ਤੁਹਾਨੂੰ ਇੱਕ ਨਵਾਂ ਜਿਹੜਾ ਨੋਟੀਫਿਕੇਸ਼ਨ ਹੈ ਜੀ, ਉਹ ਵੇਖਣ ਨੂੰ ਮਿਲਦਾ ਹੈ, ਜਿੱਥੇ ਇਹਨਾਂ ਨੇ ਇਹ ਗੱਲ ਲਿਖੀ ਹੋਈ ਹੈ, ਐਕਸਟੈਂਸ਼ਨ ਆਫ ਡੇਟ ਟੂ ਅਪਲਾਈ ਫਾਰ ਵੇਰੀਅਸ ਪੋਸਟ। ਜਦੋਂ ਤੁਸੀਂ ਇੱਥੇ ਕਲਿੱਕ ਕਰਦੇ ਹੋ, ਤੁਹਾਡੇ ਸਾਹਮਣੇ ਇੱਕ ਨੋਟੀਫਿਕੇਸ਼ਨ ਓਪਨ ਹੁੰਦੀ ਹੈ, ਇੱਥੇ ਪਬਲਿਕ ਨੋਟਿਸ ਲਿਖਿਆ ਹੋਇਆ, ਜਿੱਥੇ ਇਹਨਾਂ ਨੇ ਇਹ ਗੱਲ ਲਿਖੀ ਹੋਈ ਹੈ ਕਿ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ 343 ਲੈਕਚਰਾਰ ਦੀਆਂ ਵੈਕੈਂਸੀਜ਼, 4161 ਮਾਸਟਰ ਕਾਡਰ ਦੀ ਵੈਕੈਂਸੀਜ਼ ਤੇ 250 ਜਿਹੜੀਆਂ ਵੈਕੈਂਸੀਜ਼ ਨੇ ਜੀ ਆਰਟ ਐਂਡ ਕਰਾਫਟ ਟੀਚਰ ਦੀਆਂ, ਇਹ ਰਿਲੀਜ਼ ਕੀਤੀਆਂ ਗਈਆਂ ਸੀਗੀਆਂ ਜੀ। ਇਹਨਾਂ ਦੀ ਜਿਹੜੀ ਡੇਟ ਸੀਗੀ ਆਨਲਾਈਨ ਅਪਲਾਈ ਕਰਨ ਦੀ, ਉਹ ਲਾਸਟ ਡੇਟ ਸੀਗੀ ਜੀ 20 ਅਪ੍ਰੈਲ 2022, ਪਰ ਕੁਝ ਤਕਨੀਕੀ ਕਾਰਨਾਂ ਕਰਕੇ ਇਹਨਾਂ ਡੇਟ ਵਿੱਚ ਵਾਧਾ ਕੀਤਾ ਜਾਂਦਾ ਹੈ ਤੇ ਜਿਹੜੀ ਨਵੀਂ ਡੇਟ ਹੈ ਉਹ ਇਹਨਾਂ ਨੇ ਕਰ ਦਿੱਤੀ ਹੈ 5 ਮਈ 2022। ਇਹ ਇੱਕ ਇੰਪੋਰਟੈਂਟ ਅਪਡੇਟ ਸੀ ਜੀ, ਜਿਹੜਾ ਕਿ ਮੈਂ ਤੁਹਾਨੂੰ ਵੀਡੀਓ ਦੇ ਥਰੂ ਦੱਸ ਦਿੱਤਾ ਹੈ। ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਇੰਟਰਸਟਿੰਗ ਵੀਡੀਓਜ਼ ਲਈ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਵੀਡੀਓ ਪਸੰਦ ਆਈ ਹੋਵੇ ਤਾਂ ਇਹਨੂੰ ਲਾਈਕ ਵੀ ਜ਼ਰੂਰ ਕਰ ਲਿਓ। ਸੋ ਇਸ ਦੇ ਨਾਲ ਹੀ ਵੀਡੀਓ ਨੂੰ ਕਰਦੇ ਹਾਂ ਖਤਮ। ਥੈਂਕ ਯੂ ਸੋ ਮੱਚ ਫਾਰ ਵਾਚਿੰਗ। ਗੋਡ ਬੈਸ ਯੂ ਆਲ।